ਤੇ ਮਾਵਾਂ ਲੱਖਾਂ ਲਾਡ ਲੜਾਉਂਦੀਆਂ ਨੇ। ਉਹ ਗਿੱਲੀ ਸੇਜ ਤੇ ਪੈਂਦੀਆਂ ਨੇ ਆਪ ਮਾਵਾਂ, ਤੇ ਸੁੱਕੀ ਸੇਜ ਤੇ ਬੱਚੇ ਨੂੰ ਪਾਉਂਦੀਆਂ। ਕਈ ਵਾਰ ਅੱਜ ਕੱਲ੍ਹ ਬੜਾ ਜਨੂੰਨ ਆਇਆ ਬੱਚਿਆਂ ਨੂੰ ਕਿ ਆਈਲੈਟਸ ਕਰੀਏ, ਬਾਹਰ ਨੂੰ ਜਾਈਏ, ਖਾਸ ਕਰਕੇ ਭੈਣਾਂ ਨੂੰ ਛੱਡੀਏ, ਪੜ੍ਹਨਗੇ ਆਈਲੈਟਸ ਕਰ ਲਗੇ ਬਾਹਰ ਨੂੰ ਜਾਈਏ। ਪਰ ਕਦੇ ਸੋਚਿਆ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਮਾਂ ਦੇ ਦਿਲ 'ਤੇ ਕੀ ਬੀਤਦੀ? ਉਹ ਬੜੇ ਬੜੇ ਚਾਅ ਨਾਲ ਤੁਹਾਡੇ ਮੂਹਰੇ ਮਹਿਸੂਸ ਨਹੀਂ ਹੋਣ ਦੀ ਕਿ ਮੈਨੂੰ ਦੋਖਾ ਮੇਰੀ ਧੀ ਦੇ ਜਾਣ ਦਾ, ਮੈਨੂੰ ਦੋਖਾ ਮੇਰੇ ਪੁੱਤ ਦੇ ਜਾਣ ਦਾ, ਜੋ ਮੰਗੀ ਜਾਊਂਗੇ ਦੇ ਜਾਊਂਗੇ। ਪਰ ਜਿਸ ਵਕਤ ਤੁਸੀਂ ਏਅਰਪੋਰਟ ਤੋਂ ਆਪ ਜਹਾਜ਼ 'ਚ ਬਹਿ ਜਾਓਗੇ ਤੇ ਮਾਂ ਨੂੰ ਪਿੱਛੇ ਮੋੜ ਦੋਗੇ ਨਾ, ਤੁਸੀਂ ਵੀ ਅੱਥਰੂ ਡੋਲੇ ਹੋਣੇ ਤੇ ਡੋਲੋਗੇ ਮਾਂ ਦੇ ਕੋਲ। ਪਰ ਜਦੋਂ ਜਹਾਜ਼ 'ਚ ਬਹਿ ਜਾਓਗੇ ਨਾ, ਤੁਹਾਨੂੰ ਚਾਅ ਚੜ੍ਹ ਜਾਣਾ। ਪਰ ਉਹਦਾ ਕੀ ਹੋ ਜਾਈਏ ਜੰਮ ਕੇ, ਸਾਨੂੰ ਆਪ ਉੱਧਰ ਨੂੰ ਤੁਰਦਾ ਤੇ ਆਪ ਉਸੇ ਰਸਤੇ ਹੰਝੂ ਲੈ ਕੇ ਤੁਰ ਪਈ। ਉਹਨੂੰ ਪੁੱਛ ਕੇ ਦੇਖੋ ਦਾ ਕੀ, ਉਹਨੂੰ ਕੀ ਪੁੱਛ ਕੇ ਦੇਖੋ ਤੁਹਾਡਾ ਦਰਦ ਕਿੱਦਾਂ ਸਹਾਰਾ। ਇੱਕ ਇੱਕ ਜਗ੍ਹਾ ਇੱਕ ਇੱਕ ਸੈਕਿੰਡ ਲਈ ਤੁਹਾਨੂੰ ਯਾਦ ਕਰਦੀ ਆ। ਤੇ ਜਦੋਂ ਚਾਰ ਚਾਰ ਪੰਜ ਪੰਜ ਸਾਲ ਅਸੀਂ ਬਾਹਰ ਜਾ ਕੇ ਬਹਿ ਜਾਂਦੇ ਹਾਂ ਨਾ, ਤੇ ਮਾਂ ਨੂੰ ਹਫ਼ਤੇ ਬਾਅਦ ਫੋਨ ਕਰਦੇ ਹਾਂ ਕਿ ਮਾਂ ਮੈਂ ਅਗਲੇ ਮਹੀਨੇ ਆ ਰਿਹਾ, ਬਹਾਨਾ ਮਾਰ ਦਿੰਦੇ। ਕਰਦੇ 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 ਤਿੰਨ ਚਾਰ ਸਾਲ ਪਤਾ ਲੱਗਦਾ ਕਿ ਮਾਂ ਦੀ ਸਿਹਤ ਹੀ ਇੰਨੀ ਰਹਿ ਗਈ, ਮਾਂ ਤੇ ਬੜੀ ਲਿੱਸੀ ਹੋ ਗਈ। ਫਿਰ ਫੋਨ ਤੇ ਪੁੱਛਦੇ ਮਾਂ ਕੀ ਗੱਲ ਹੋ ਗਈ ਤੈਨੂੰ, ਸ਼ੂਗਰ ਹੋ ਗਿਆ, ਬੜੀ ਢਿੱਲੀ ਹੋ ਗਈ। ਮਾਂ ਨੇ ਅਸਲ